ਤੂੰ ਜਿੱਦਣ ਆਈ ਸੀ ਨਾ ਸਾਡੇ ਕੋਲੇ ਮੈਂ ਉਦੋਂ ਤਾਂ ਬਾਹਲੀ ਮਾੜੀ ਹਾਲਤ, ਜਿਹੜਾ ਪਿੱਛੇ ਰਹਿ ਗਿਆ ਰਹਿ ਗਿਆ, ਕੋਈ ਨਹੀਂ ਪੁੱਛਦਾ, ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਬਾਹ ਨਹੀਂ ਫੜਦਾ। ਦੇਖੋ ਨਾ ਸਹੀ, ਫੋਟੋ ਨਹੀਂ ਖਿੱਚਦੇ ਪਏ ਗਏ। ਇੱਕ ਵਾਰੀ ਇੱਧਰ ਤਾਂ ਦੇਖੋ, ਇਹ ਮਾਤਾ ਭਾਅ ਜੀ ਮਤਲਬ ਕਿ ਨਹਾਉਂਦੇ ਨਹਾਉਂਦੇ ਨਹੀਂ ਹੈਗੇ, ਇਹਨਾਂ ਦੇ ਖਾਰਸ਼ ਵੀ ਥੋੜ੍ਹੀ ਜਿਹੀ ਪਈ ਹੋਈ ਆ, ਅਤੇ ਮਤਲਬ ਕਿ ਇੱਦਾਂ ਬੋਲਦੇ ਆ। ਕੀ ਨਾਂ ਤੇਰਾ? ਹੈ ਕਾਂਤਾ ਦੇਵੀ। ਕਾਂਤਾ ਤੇਰੇ ਕਿਵੇਂ ਮੁੰਡੇ ਪਹਿਲਾਂ ਤਾਂ ਦੱਸ, ਹੁਣ ਲੜਾਈ ਝੇੜਾ ਤਾਂ ਨਹੀਂ ਕਰਦੇ ਤੇਰੇ ਨਾਲ? ਲੜਦਾ ਤਾਂ ਨਹੀਂ ਤੇਰੇ ਨਾਲ ਛੋਟਾ? ਦੇਖ ਲਾ ਪੱਕਾ ਦੱਸਦੇ ਨਹੀਂ ਤੈਨੂੰ ਆਪਾਂ? ਅੱਛਾ ਤੂੰ ਆਪਣੀ ਧੀ ਕੋਲ ਰਹੀ? ਪਹਿਲਾਂ ਤਾਂ ਮੇਰੀ ਮਾਂ ਕਾਂਤਾ, ਮੈਂ ਵੀ ਤੇਰਾ ਪੁੱਤ ਆ ਤੀਜਾ। ਮੇਰੀ ਸੁਣ ਲਾ ਗੱਲ, ਕਮਜ਼ੋਰੀ ਵਾਸਤੇ ਆਪਾਂ ਦਵਾਈ ਕਰਾਉਂਦੇ ਹਾਂ ਸ਼ੁਰੂ। ਕਮਜ਼ੋਰੀ ਪਤਾ ਕਾਹਦੀ ਆ ਮਾਂ? ਜਿਹੜੀ ਤੇਰੀ ਦਿਮਾਗ ਦੀ ਦਵਾਈ ਚੱਲਦੀ ਆ ਨਾ ਮਾਂ, ਉਹਦੇ ਨਾਲ ਇੱਕ ਵਾਰੀ ਕਮਜ਼ੋਰੀ ਆਉਣੀ ਆ। ਦੇਖ ਐਡਾ ਕੁ ਦਿਮਾਗ ਆ, ਉਹ ਦਵਾਈਆਂ ਜਿਹੜੀਆਂ ਗੋਲੀਆਂ ਖਾਂਦੇ ਆ ਉਹ ਪੂਰੇ ਸਰੀਰ 'ਤੇ ਵੀ ਅਸਰ ਕਰਦੀਆਂ ਮਾਂ। ਹਾਂ ਪਰ ਤੂੰ ਜਿੱਦਣ ਆਈ ਸੀ ਨਾ ਸਾਡੇ ਕੋਲ ਮਾਂ, ਉਹਦੇ ਨਾਲ ਉਹ ਸਰੀਰ ਤੇਰਾ ਭਰ ਗਿਆ ਪਹਿਲਾਂ, ਉਦੋਂ ਤਾਂ ਬਾਹਲੀ ਮਾੜੀ ਹਾਲਤ ਸੀ ਮਾਂ। ਉਹਨੂੰ ਤੂੰ ਮੋਟੀ ਤਾਜ਼ੀ ਹੋ ਜਾਣਾ, ਫਿਕਰ ਨਾ ਕਰ। ਆਪਾਂ ਡਾਕਟਰ ਤੋਂ ਚੈੱਕਅਪ ਕਰਾ ਕੇ ਨਾ, ਟੈਸਟ ਕਰਾ ਕੇ ਤੇਰੀ ਦਵਾਈ, ਕਮਜ਼ੋਰੀ ਵਾਲੀ ਦਵਾਈ ਵੀ ਸ਼ੁਰੂ ਕਰਾਉਂਦੇ। ਬਿਲਕੁਲ ਠੀਕ ਹੋ ਜਾਣਾ ਕਾਂਤਾ ਬੇਬੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜਾਣਾ ਹੀ ਆ, ਰੱਖਣਾ ਕਿਹਨੂੰ? ਤੈਨੂੰ ਭੇਜ ਦੇਣਾ। ਕਾਂਤਾ ਬੇਆਸ ਹੋਈ ਪਈ ਆ, ਉਹਦੇ ਮਨ ਦੇ ਵਿੱਚ ਆਸ ਹੀ ਮੁੱਕੀ ਪਈ ਆ। ਜਿੱਦਣ ਕਾਂਤਾ ਮਾਂ ਆਈ ਸੀ, ਤਸਵੀਰ ਦੇਖੋ, ਵੀਡੀਓ, ਕੀ ਹਾਲ ਸੀ ਉਸ ਦਿਨ ਮਾਂ, ਅੱਜ ਦੀ ਮੇਰੀ ਮਾਂ ਅਤੇ ਉਸ ਦਿਨ ਦੀ। ਦੋ ਪੁੱਤ ਆ ਸ਼ੇਰਾਂ ਵਰਗੇ, ਪਰ ਅੱਜ ਸਮਾਂ ਇਸ ਤਰ੍ਹਾਂ ਦਾ ਚੱਲਦਾ, ਕੋਈ ਨਹੀਂ ਪੁੱਛਦਾ, ਜਿਹੜਾ ਪਿੱਛੇ ਰਹਿ ਗਿਆ ਰਹਿ ਗਿਆ, ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਬਾਹ ਨਹੀਂ ਫੜਦਾ। ਕਮੀਆਂ ਸਾਡੀਆਂ ਸਾਨੂੰ ਗਿਣਾਈਆਂ ਜਾਂਦੀਆਂ ਵੀ ਤੂੰ ਗਲਤ ਆ, ਤੂੰ ਨਸ਼ਾ ਕਰਦਾ, ਤੂੰ ਫਲਾਨਾ ਕਰਦਾ। ਜਿਹੜੇ ਨਹੀਂ ਵੀ ਕਰਨਾ ਫਿਰ ਉਹ ਵੀ ਕਰਦਾ, ਜਿਹੜਾ ਘੱਟ ਕਰਦਾ ਹੋਰ ਵੱਧ ਕਰਦਾ। ਉਹਨੂੰ ਕਾਉਂਸਲਿੰਗ ਕਰਨਾ, ਉਹਨੂੰ ਫੜ ਕੇ ਹੱਥ ਬਰਾਬਰ ਲੈ ਕੇ ਜਾਣਾ, ਰੌਣਾ ਖਿੱਚਣਾ ਵੀ ਕੋਈ ਨਾ ਤੂੰ ਚੱਲ ਨਾਲ, ਕੋਈ ਨਾ ਆਪਾਂ ਕਰ ਲਾਂਗੇ ਹੱਲ, ਉਹਦੀ ਬਜਾਏ ਉਹਨੂੰ ਡੀਮੋਰਲਾਈਜ਼ ਕਰ। ਅਤੇ ਜਿਹਦੇ ਕਰਕੇ ਆ ਦੋ ਪੁੱਤ ਆ ਬੇਬੇ ਦੇ, ਇਹ ਵੀ ਬਾਈ ਤੁਸੀਂ ਦੇਖ ਹੀ ਸਕਦੇ ਹੋ ਸਰੀਰ ਇਹਦਾ ਕਿੱਦਾਂ ਦਾ ਹੋਇਆ ਪਿਆ। ਇਹ ਵੀਰਾ ਰਿਹਾ ਇੱਥੇ ਮਾਤਾ ਦੇ ਕੋਲ, ਕਿੰਨੇ ਦਿਨ ਰਹੇ ਪੁੱਤੂ ਇੱਥੇ? 15 ਦਿਨ ਇੱਥੇ ਰਹੇ। ਧੰਨਵਾਦ ਆ ਚਲੋ ਇਹ ਵੀਰ ਦਾ, ਜਿਹੜਾ ਇਹਨੇ ਮਾਂ ਦੇ ਕੋਲ ਰਹਿ ਕੇ ਇੰਨੇ ਕੁ ਯੋਗੀ ਹੋ ਗਈ ਬੇਬੇ, ਵੀ ਜਿਹੜੀ ਆਪਣੇ ਆਪ ਨੂੰ ਸੰਭਾਲਣ ਯੋਗੀ ਹੋ ਗਈ। ਅਰਦਾਸ ਕਰਿਓ ਮਹਾਰਾਜ ਇਹਦੇ ਪੁੱਤਾਂ ਨੂੰ ਸਮੱਤ ਬਖਸ਼ਣ ਪਹਿਲਾਂ ਤਾਂ, ਕਿਉਂਕਿ ਮਾਂ ਨੇ ਤਾਂ ਹੀ ਠੀਕ ਹੋਣਾ। ਠੀਕ ਆ ਮਾਂ, ਛੋਲਿਆਂ ਦਾ ਪਾਣੀ ਪੀ ਲਿਆ ਕਰੀ, ਇਕੱਲਾ ਛੋਲੇ ਖਾ ਲਿਆ ਕਰਨਗੇ, ਤੂੰ ਪਾਣੀ ਸੂਪ ਪੀ ਲਿਆ ਕਰੀ, ਉਹਦਾ ਤਰੀ ਜੀ ਬਣਾ ਕੇ ਨਾ ਉਹ ਪੀ ਲਿਆ ਕਰੀ, ਘਿਓ ਪਾ ਕੇ ਨਾ ਇੱਕ ਚਮਚਾ, ਜਦੋਂ ਇੱਕ ਚਮਚਾ ਘਿਓ ਰੋਜ਼ ਖਾਏਗੀ ਨਾ ਮਾਂ, ਉਹਦੇ ਨਾਲ ਕਬਜ਼ੀ ਕੁਬਜ਼ੀ ਵੀ ਠੀਕ ਹੋ ਜਾਣੀ ਆ। ਠੀਕ ਆ ਥੋੜ੍ਹੇ ਕਾਂਤਾ, ਠੀਕ ਆ, ਹੱਸ ਕੇ ਦਿਖਾ ਦੇ, ਹੱਸ ਪਾ ਨਹੀਂ ਕਾਂਤਾ, ਠੀਕ ਆ ਮਾਂ, ਠੀਕ, ਐਂ ਖੁਸ਼ ਰਿਹਾ ਕਰਵਾ। ਕਰਿਓ ਅਰਦਾਸ ਮਾਂ ਕਾਂਤਾ ਵਾਸਤੇ, ਮਾਂ ਕਾਂਤਾ ਦੇ ਦੋ ਪੁੱਤਾਂ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਠੀਕ ਆ ਮਾਂ।